मुख तो मिठा बोल तू सपना दास तीकार कर भले हारी कुदरत बसिया तू कुदरत दे नाल प्यार कर मुख तो मिठा बोल तू हिन माणिया दे मान नताणिया दे तान नियोटिया दी ओट सच्चे पिता वाहगुरु धन धन गुरु ग्रंथ साहिब जी महाराज आप जिया नू हाजर नाजर जान के आप जिया दे चरण कमलों विच अरदास बेनती सतगुरु सतवें पातशाह धन धन गुरु हर राय साहिब जी दे पावन पवित्र चलाई हुई मर्यादा सिद्धांत नू मुख रखदिया होया बलिहारी कुदरत वस्या दे तहत गुरद्वारा साहिब दी समूह प्रबंधक कमेटी वालों समूह साध संगत दे संयोग सदका आप जी की कृपा रहमत सदका इस वक्त फुलां दी प्रदर्शनी अते फोटोग्राफी मुकाबले कराए जा रहे हैं। सतगुरु इस वक्त कार्यां दी आरंभता की अरदास कृपा करो सतगुरु ये फुलां दे मुकाबले अते फोटोग्राफी दे मुकाबले आप आरंभ करन दी आग्या बख्शिश करो इन्हां कार्यां विच आप अंग संग सहाई हो के ਨਿਰਵਿਘਨਤਾ ਸਹਿਤ ਸੰਪੂਰਨਤਾ ਚੜ੍ਹਦੀ ਕਲਾ ਬਖਸ਼ਣੀ ਬਲਿਹਾਰੀ ਕੁਦਰਤ ਵਸਿਆ ਥੱਲੇ ਸਾਲ 12 ਤੋਂ ਫਲਾਵਰ ਸ਼ੋਅ ਐਂਡ ਕੰਪੀਟੀਸ਼ਨ ਅਤੇ ਫੋਟੋਗ੍ਰਾਫੀ ਕੰਪੀਟੀਸ਼ਨ ਦੇ ਜੋ ਵੀ ਸੱਜਣ ਆਏ ਹੈ ਉਹਨਾਂ ਨੂੰ ਅਸੀਂ ਜੀ ਆਇਆ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਕਿ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨ ਦੇ ਨਾਲ ਨਾਲ ਜੋ ਸਿੱਖੀ ਦੇ ਮੁੱਢਲੇ ਅਸੂਲ ਨੇ ਉਹਨਾਂ ਨਾਲ ਜੋੜਨ ਦਾ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਕੀਤਾ ਹੈ। ਆਮ ਤੌਰ 'ਤੇ ਵੇਖਿਆ ਜਾਂਦਾ ਕਿ ਇੱਕ ਵਾਰ ਤੁਸੀਂ ਉਹ ਪ੍ਰੋਗਰਾਮ ਕਰ ਲਿਆ ਮੁੜ ਕੇ ਫਿਰ ਢਿੱਲੇ ਹੋ ਜਾਂਦੇ ਹੋ, ਪਰ ਇਹ ਸਾਡੀ ਪ੍ਰਬੰਧਕ ਕਮੇਟੀ ਵਧਾਈ ਦੀ ਹੱਕਦਾਰ ਹੈ ਕਿ ਆਹ ਫੁੱਲਾਂ ਦਾ ਜਿਹੜਾ ਮੁਕਾਬਲਾ ਵੀ ਹੈ ਸ਼ੋਅ ਵੀ ਹੈ ਇਹ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਮੁੱਖ ਤੋਂ ਮਿੱਠਾ ਬੋਲ ਤੂੰ ਸਪਨਾ ਦਾਸ ਤੀਕਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਇਸੇ ਤਰ੍ਹਾਂ ਇਹਨਾਂ ਨੇ ਵਿੱਦਿਆ ਦੇ ਖੇਤਰ 'ਚ ਵੀ ਯੋਗਦਾਨ ਪਾਇਆ ਕਿਉਂਕਿ ਸਾਡਾ ਤਾਂ ਗੁਰੂ ਹੀ ਸ਼ਬਦ ਹੈ। ਸ਼ਬਦ ਨੂੰ ਤਾਂ ਹੀ ਸਮਝ ਸਕਦੇ ਹਾਂ ਜੇ ਸਾਡੇ ਪਹਿਲੇ ਵਿੱਦਿਆ ਹੋਏਗੀ ਅਸੀਂ ਉਹਨੂੰ ਪੜ੍ਹ ਸਕਾਂਗੇ। ਸੋ ਗੁਰਦੁਆਰਾ ਸਾਹਿਬ ਵੱਲੋਂ ਇਹ ਵੀ ਇੱਕ ਮੁਹਿੰਮ ਚਲਾਈ ਹੈ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਦੇ ਸਕੂਲਾਂ 'ਚ ਪਿੰਡਾਂ ਦੇ ਸਕੂਲਾਂ 'ਚ ਉਹਨਾਂ ਦੀਆਂ ਲੋੜਾਂ ਨੂੰ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨੀ ਤਾਂ ਜੋ ਆਪਣੀ ਪੜ੍ਹਾਈ ਅੱਗੇ ਕਰ ਸਕਣ। ਤੁਸੀਂ ਰੋਜ਼ ਅਖਬਾਰ 'ਚ ਪੜ੍ਹਦੇ ਹੋ ਕਿ ਕੋਈ ਨਾ ਕੋਈ ਗੁਰਸਿੱਖ ਕਿਸਾਨ ਖੁਦਕੁਸ਼ੀ ਕਰਦਾ। ਉਹ ਕਿਸਾਨ ਜਿਹਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ ਲੋਕਾਂ ਨੂੰ ਰੋਟੀ ਦਿੰਦਾ। ਸਿੱਖੀ 'ਚ ਜਿਹੜੀ ਹੈ ਢਹਿੰਦੀ ਕਲਾ ਲਈ ਕੋਈ ਥਾਂ ਨਹੀਂ। ਅਸੀਂ ਤਾਂ ਹਮੇਸ਼ਾ ਜਦੋਂ ਵੀ ਅਰਦਾਸ ਕਰਦੇ ਹਾਂ ਇਹੀ ਗੱਲ ਕਰਦੇ ਹਾਂ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਮੇਸ਼ਾ ਚੜ੍ਹਦੀ ਕਲਾ 'ਚ ਰਹਾਂਗੇ ਤਾਂ ਹੀ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰ ਸਕਾਂਗੇ। ਇੱਕ ਸਿੱਖ ਗਰੀਬੀ ਹੱਥੋਂ ਤੰਗ ਹੋ ਕੇ ਖੁਦਕੁਸ਼ੀ ਕਰੇ ਇਹ ਤਾਂ ਫਿਰ ਸਿੱਖੀ ਲਈ ਇੱਕ ਕੋਈ ਚੰਗੀ ਗੱਲ ਨਹੀਂ ਕਿਉਂਕਿ ਮੈਂ ਕੋਈ ਭੈੜਾ ਸ਼ਬਦ ਨਹੀਂ ਸਮਝਣਾ ਚਾਹੀਦਾ। ਇਸ ਪਾਸੇ ਵੀ ਗੁਰਦੁਆਰਾ ਸਾਹਿਬ ਨੇ ਇੱਕ ਚਿੱਠੀ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਪਿੰਡਾਂ 'ਚ ਲਿਖੀ ਹੈ ਕਿ ਤੁਸੀਂ ਜਾਗੋ ਮੁਹਿੰਮ ਚਲਾਓ ਗੁਰਦੁਆਰਾ ਸਾਹਿਬ ਬਣਾਉਣੇ
ਬੜੀ ਚੰਗੀ ਗੱਲ ਹੈ। ਨਗਰ ਕੀਰਤਨ ਕਰਨੇ ਬਹੁਤ ਵਧੀਆ ਗੱਲ ਹੈ, ਕੀਰਤਨ ਦਰਬਾਰ ਕਰਨੇ ਬਹੁਤ ਵਧੀਆ ਗੱਲ, ਪਰ ਇਹ ਜਿਹੜੀ ਸੇਵਾ ਢਹਿੰਦੀ ਕਲਾ ਨੂੰ ਉੱਤੇ ਚੱਕਣਾ, ਚੜ੍ਹਦੀ ਕਲਾ ਦਾ ਸੰਦੇਸ਼ ਲੋਕਾਂ ਨੂੰ ਨਹੀਂ ਘਰੋਂ ਸ਼ੁਰੂ ਕਰੀਏ, ਸੋ ਉਹ ਇੱਕ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ, ਮੈਂ ਤੁਹਾਨੂੰ ਬੇਨਤੀ ਕਰਨੀ ਕਿ ਤੁਸੀਂ ਉਹਦੇ 'ਚ ਵੀ ਯੋਗਦਾਨ ਪਾਓ ਅਤੇ ਨਾਲ ਹੀ ਸੁਝਾਅ ਦਿਓ। ਅਸੀਂ ਉੱਥੇ ਕਿਤਾਬ ਵੀ ਰੱਖੀ ਆ, ਬੋਰਡ ਵੀ ਲਿਖ ਕੇ ਲਾਇਆ ਹੋਇਆ ਕਿ ਆਪੋ ਆਪਣੇ ਸੁਝਾਅ ਦੱਸੋ ਤਾਂ ਜੋ ਅਸੀਂ ਇਸ ਪਾਸੇ ਜਿਹੜੀ ਇਹ ਯੋਗਦਾਨ ਹੈ ਸਾਡੀ ਪ੍ਰਬੰਧ ਵੀ ਕਮੇਟੀ ਉਹ ਕਰ ਸਕੇ। ਨਫ਼ਰਤ ਨੂੰ ਦਿਲੋਂ ਮਿਟਾ ਕੇ ਤੂੰ ਬਸ ਪਿਆਰ ਦਾ ਇਜ਼ਹਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ। ਅੱਜ ਦੇ ਮੁੱਖ ਮਹਿਮਾਨ ਡਾਕਟਰ ਸਰਦਾਰਾ ਸਿੰਘ ਜੀ ਜੌਲ, ਜਿਹਨੂੰ ਵਾਕਫ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਦੀਆਂ ਐਕਟੀਵਿਟੀਜ਼ ਤੋਂ, ਹੁਣ ਅਸੀਂ ਉਹਨਾਂ ਦੇ ਵਿਚਾਰ ਲੈਣਾ ਚਾਹਾਂਗੇ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਕਾਰਜ ਕੀਤੇ ਜਾ ਰਹੇ ਨੇ ਅਤੇ ਜੋ ਉਹਨਾਂ ਦੀ ਸੋਚ ਹੈ ਉਹਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ। ਮੈਂ ਸੱਦਾ ਦਿੰਦਾ ਹਾਂ ਡਾਕਟਰ ਸਰਦਾਰਾ ਸਿੰਘ ਜੀ ਜੌਲ, ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ, ਉਹਨਾਂ ਨੂੰ ਨਾਲੇ ਜੀ ਆਇਆਂ ਕਹਿੰਦੇ ਹਾਂ, ਨਾਲੇ ਉਹਨਾਂ ਦੇ ਵਿਚਾਰ ਸੁਣਦੇ ਹਾਂ। ਫਤਿਹ ਸਾਂਝੀ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਜੇ ਫੁੱਲਾਂ ਤੋਂ ਚੱਲਾਂ, ਇਹ ਮੈਂ ਅੱਜ ਤੀਜੀ ਸ਼ੋਅ ਜਿਹੜਾ ਇਹ ਫਲਾਵਰ ਸ਼ੋਅ ਦੇਖ ਰਿਹਾ, ਔਰ ਇਹ ਮੈਨੂੰ ਬੜੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਸਾਡੇ ਲੁਧਿਆਣੇ ਦੇ ਵਿੱਚ ਕਮ ਅਜ਼ ਕਮ ਇੱਕ ਸੋਚ ਦੀ ਸੋਚ ਪੈਦਾ ਹੋਈ ਹੈ। ਔਰ ਅੱਜ ਤੋਂ ਹੀ ਘਰਾਂ ਦੇ ਵਿੱਚ ਚਲੇ ਜਾਓ ਤਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਫੁੱਲ ਲਾਉਣੇ ਸ਼ੁਰੂ ਕੀਤੇ ਹੈ। ਜਿਉਣਾ ਸਿੱਖੇ ਉਹਨਾਂ ਫੁੱਲਾਂ ਤੋਂ ਜੋ ਵਿੱਚ ਉਜਾੜਾ ਹੱਸਦੇ ਨੇ, ਕਿਉਂ ਉੱਚੇ ਵੇਖ ਕੇ ਤੁਰਦਾ ਏ ਕਈ ਤੈਤੋਂ ਨੀਵੇਂ ਵਸਦੇ ਨੇ। ਨਫ਼ਰਤ ਨੂੰ ਦਿਲੋਂ ਮਿਟਾ ਕੇ ਤੂੰ ਬਸ ਪਿਆਰ ਦਾ ਇਜ਼ਹਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ। ਸੋ ਜਿੰਨੇ ਵੀ ਪਲਾਨ ਤੁਸੀਂ ਲਾ ਸਕਦੇ ਹੋ ਲਾਓ, ਇਹ ਤੁਹਾਡੇ ਫੇਫੜਿਆਂ ਦਾ ਕੰਮ ਕਰਨਗੇ, ਤੁਹਾਡੇ ਲੰਗਸ ਦਾ ਕੰਮ ਕਰਨਗੇ। ਕੁਛ ਪਲਾਂਟ ਐਸੇ ਨੇ ਜੇ ਤੁਸੀਂ ਸਿਰਾਣੇ ਰੱਖ ਕੇ ਸੋਚੋ ਤਾਂ ਨੀਂਦ ਬੜੀ ਆਉਂਦੀ ਹੈ। ਮੇਰੇ ਸਿਰਾਣੇ ਇੱਕ ਹਰਾ ਪਲਾਂਟ ਪਿਆ, ਦਿਨੇ ਮੈਂ ਬਾਰੀ ਖੋਲ੍ਹ ਦਿੰਦਾ ਉਹਨੂੰ ਧੁੱਪ ਮਿਲ ਜਾਂਦੀ ਹੈ, ਰਾਤ ਨੂੰ ਬਾਰੀ ਕਰਕੇ ਮੇਰੇ ਸਿਰਾਣੇ ਪਿਆ ਹੁੰਦਾ, ਬੜੀ ਵਧੀਆ ਨੀਂਦ ਆਉਂਦੀ ਹੈ। ਉਹ ਪਲਾਂਟ ਮੈਂ ਇੱਥੇ ਤਾਂ ਦੇਖਿਆ ਨਹੀਂ, ਗ੍ਰੀਨੀ 'ਚ ਹੈਗਾ, ਉਹਨੂੰ ਕਈ ਉਹਨੂੰ ਸਨੇਕ ਵੀ ਕਹਿੰਦੇ ਆ, ਪਰ ਤਾਜਾ ਬਹੁਤ ਵਧੀਆ ਪਲਾਂਟ ਹੈ ਉਹ। ਵੈਸੇ 6-7 ਪਲਾਂਟ ਹੈ ਪਰ ਮੈਨੂੰ ਉਹ ਪਸੰਦ ਹੈ। ਸੋ ਹਰ ਪਲਾਂਟ ਦੀ ਆਪਣੀ ਆਪਣੀ ਇੱਕ ਖੂਬੀ ਹੈ, ਅਗਰ ਤੁਸੀਂ ਧਿਆਨ ਨਾ ਪੜੋ ਤੁਸੀਂ ਉਹਦੀਆਂ ਸਿਫਤਾਂ ਦੇਖੋਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਪਲਾਂਟ ਕਿੱਥੇ ਕਿਵੇਂ ਯੂਜ਼ ਹੋ ਸਕਦਾ। ਗੁਰੂ ਸਾਹਿਬ ਨੇ, ਗੁਰੂ ਰਾਜ ਸਾਹਿਬ ਨੇ ਸਾਰੀ ਗ੍ਰੀਨਰੀ 'ਤੇ ਦਿੱਤਾ, ਦੋ ਗਰਾਂ 'ਤੇ ਉਹਨਾਂ ਨੇ ਫੈਸ ਦਿੱਤਾ ਸੀ, ਇੱਕ ਪਲਾਂਟੇਸ਼ਨ 'ਤੇ ਔਰ ਇੱਕ ਦਵਾਈਆਂ 'ਤੇ, ਦੋ ਕੰਮ ਉਹਨੇ ਕੀਤੇ ਸੀ ਡਿਸਪੈਂਸਰੀਆਂ ਕਰੀਆਂ ਨੇ। ਔਰ ਮੈਨੂੰ ਸਮਝਦਾ ਕਿ ਸਾਨੂੰ ਸਿਹਤ ਰੱਖਣ ਵਾਸਤੇ ਵੀ ਡਿਸਪੈਂਸਰੀਆਂ ਵਿੱਚ ਜਿੰਨਾ ਇਨਵੈਸਟਮੈਂਟ ਹੋਇਆ, ਜਿੰਨਾ ਪਲਾਂਟੇਸ਼ਨ 'ਤੇ ਇਨਵੈਸਟਮੈਂਟ ਹੋ ਜਾਏ ਉਹ ਸਭ ਤੋਂ ਵਧੀਆ ਹੈ। ਅਸੀਂ ਆਪਣਾ ਗੁਰੂ ਦੀ ਰੂਹ ਨੂੰ ਸਮਰਪਿਤ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਜਿਹੜੀਆਂ। ਮੈਂ ਗੁਰਦੁਆਰਾ ਸਾਹਿਬ ਦੀ ਇਹ ਮੈਨੇਜਮੈਂਟ ਦੀ ਇਹ ਬੜੀ ਅਪਰੀਸ਼ੀਏਟ ਕਰਦਾ ਜਿਹਨੂੰ ਕਿ ਉਹਨਾਂ ਨੇ ਹਰ ਸਾਲ ਲਾਉਂਦੇ ਨੇ ਇਹ ਸ਼ੋਅ ਲਾਈ ਹੈ, ਇੰਨਾ ਇੰਟਰਸਟ ਪੈਦਾ ਹੁੰਦਾ। ਹੌਲੀ ਹੌਲੀ ਮੇਰਾ ਖਿਆਲ ਹੈ ਕਿ ਸਾਰਾ ਲੁਧਿਆਣਾ ਹੀ ਇਸ ਨੂੰ, ਖਾਸ ਕਰਕੇ ਜਿਹੜਾ ਸੈਂਟਰਲ ਪਾਰਟ ਹੈ ਲੁਧਿਆਣੇ ਦਾ, ਉਹਨਾਂ ਲੋਕਾਂ ਨੂੰ ਤਾਂ ਬਹੁਤ ਹੀ ਜ਼ਰੂਰਤ ਹੈ, ਭਾਵੇਂ 2 ਪਲਾਂਟ ਹੀ ਰੱਖਣ ਜ਼ਰੂਰ ਰੱਖਣੇ ਚਾਹੀਦੇ। ਇਸ ਗੁਰਦੁਆਰਾ ਸਾਹਿਬ ਬਾਰੇ ਮੇਰੀ ਥੋੜ੍ਹੀ ਜਿਹੀ ਅਪਰੀਸ਼ੀਏਟ ਹੋਰ ਵੀ ਹੈ,
ਕਿ ਸਾਡੀ ਇੱਕ ਔਰਗਨਾਈਜੇਸ਼ਨ ਹੈ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਜਿਹਦੇ ਮੈਂਬਰ ਲਾਜ ਸਾਹਿਬ ਅਤੇ ਰੋੜਾ ਸਾਹਿਬ ਵੀ ਬੈਠੇ ਹਨ। ਇਹਨਾਂ ਨੇ ਪਰਸੂਏਟ ਕਰਕੇ ਇਸ ਗੁਰਦਾ ਇਹ ਗੁਰਦਾ 5% ਜਿਹੜੀ ਇਹਨਾਂ ਦੀ ਆਮਦਨੀ ਉਹ ਐਜੂਕੇਸ਼ਨ 'ਚ ਲਾਉਂਦੇ। ਅਗਰ ਹਰ ਗੁਰਦੁਆਰਾ ਆਪਣਾ 5% ਪੈਸਾ ਕੱਢ ਕੇ ਐਜੂਕੇਸ਼ਨ 'ਤੇ ਲਾਵੇ ਤਾਂ ਮੈਂ ਸਮਝਦਾ ਕਿ ਪੰਜਾਬ ਦੀ ਐਜੂਕੇਸ਼ਨ ਦਾ ਨੁਹਾਰ ਹੀ ਬਦਲ ਜਾਏਗੀ, ਉਹ ਸੋਚ ਹੀ ਬਦਲ ਜਾਏਗੀ। ਕਿਉਂਕਿ ਜਿੰਨੀਆਂ ਵੀ ਸਾਡੀਆਂ ਕੁਰੀਤੀਆਂ, ਜਿੰਨੇ ਵੀ ਸਾਡੇ ਵਕਾਰ ਪੈਦਾ ਹੁੰਦੇ ਆ ਜਾਂ ਗਲਤ ਹੁੰਦੇ ਆ, ਉਹ ਸਿਰਫ ਲੈਕ ਆਫ ਐਜੂਕੇਸ਼ਨ। ਐਜੂਕੇਸ਼ਨ ਦਾ ਮਤਲਬ ਇਹ ਨਹੀਂ ਪੜ੍ਹਨਾ ਲਿਖਣਾ, ਐਜੂਕੇਸ਼ਨ ਦਾ ਮਤਲਬ ਹੈ ਕਿ ਜਿਹੜੀ ਤੁਹਾਡੀ ਐਥਿਕਸ ਔਰ ਮੋਰਲ ਐਜੂਕੇਸ਼ਨ ਉਹ ਬਹੁਤ ਜ਼ਰੂਰੀ ਨਾਲ। ਐਜੂਕੇਸ਼ਨ ਦੇ ਸੁਧਾਰ ਦੀ ਵੀ ਲੋੜ ਹੈ, ਲੇਕਿਨ ਇਹਦੇ 'ਚ ਇਨਵੈਸਟਮੈਂਟ ਦੀ ਲੋੜ ਹੈ। ਬਦਕਿਸਮਤ ਸਾਡੀ ਇਹ ਹੈ ਕਿ ਮਾਫ ਕਰਨਾ ਜੇ ਮੈਂ ਕਹਾਂ ਤਾਂ ਸਾਡੇ ਲੀਡਰ ਇਹ ਸਮਝਦੇ ਆ ਕਿ ਜੇ ਅਸੀਂ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾ ਦਈਏ ਖੈਰ ਪੰਜਾਬ ਦੀਆਂ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ। ਇਹ ਬਿਲਕੁਲ ਗਲਤ ਅਪਰੋਚ ਹੈ। ਮਿਸਾਲ ਵਜੋਂ ਮੈਂ 8ਵੀਂ ਤੱਕ ਅੰਗਰੇਜ਼ੀ ਨਹੀਂ ਪੜ੍ਹੀ, ਉਰਦੂ ਫਾਰਸੀ ਪੜ੍ਹੀ, ਸਾਰੀ ਉਮਰ ਕੰਮ ਅੰਗਰੇਜ਼ੀ 'ਚ ਕੀਤਾ ਹੈ। ਅੰਗਰੇਜ਼ਾਂ ਨੇ ਡਰਾਫਟ ਵੀ ਠੀਕ ਕੀਤੇ ਆ। ਇੱਕ ਸਟੇਜ ਬੱਚੇ ਦੀ ਆਉਂਦੀ ਹੈ ਜਿੱਥੋਂ ਹਰ ਲੈਂਗੁਏਜ ਨੂੰ ਪਿਕਅਪ ਕਰ ਸਕਦਾ, ਲੇਕਿਨ ਜਦ ਜਨਮ ਤੋਂ ਬਾਅਦ ਜਿਹੜੀ ਪਹਿਲੀ ਲੈਂਗੁਏਜ ਉਹ ਆਰਾਮ ਨਾਲ ਸਿੱਖ ਸਕਦਾ ਉਹਦੀ ਆਪਣੀ ਮਾਂ ਬੋਲੀ ਹੁੰਦੀ ਹੈ, ਉਸ ਨੂੰ ਅਸੀਂ ਇਗਨੋਰ ਕਰ ਰਹੇ ਹਾਂ ਔਰ ਬਹੁਤ ਗਲਤ ਕਰ ਰਹੇ ਹਾਂ। ਗਵਰਨਮੈਂਟ ਨੂੰ ਮੈਂ ਇੱਕ ਮਿਕਸ ਬਣਾ ਕੇ ਵੀ ਦਿੱਤਾ ਸੀਗਾ ਵੀ ਇਹ ਜਿਹੜੀ ਸਿਸਟਮ ਹੋਣਾ ਚਾਹੀਦਾ ਵੀ ਕਿੱਥੇ ਤੱਕ ਆਪਣੀ ਮਾਂ ਬੋਲੀ ਚੱਲੇ, ਪੰਜਾਬੀ ਚੱਲੇ, ਕਦੋਂ ਹਿੰਦੀ ਲੱਗੇ, ਕਦੋਂ ਅੰਗਰੇਜ਼ੀ ਲੱਗੇ। ਜਿੰਨੀਆਂ ਵੀ ਜ਼ਬਾਨਾਂ ਬੰਦਾ ਜਾਣਦਾ ਹੋਵੇ ਉਨੀ ਕੰਪੀਟੈਂਸ ਹੁੰਦੀ ਉਹਦੀ, ਲੇਕਿਨ ਉਹਦੇ ਵਾਸਤੇ ਤੁਹਾਨੂੰ ਨੀਂਹ, ਜਿਹੜਾ ਮਕਾਨ ਦੇ ਵਿੱਚ ਥੱਲੇ ਨੀਂਹ ਹੁੰਦੀ ਹੈ ਨਾ, ਇਸ ਤਰ੍ਹਾਂ ਜਿਹੜੀ ਤੁਹਾਡੀ ਮਾਂ ਬੋਲੀ ਹੈ, ਤੁਹਾਡੀ ਆਪਣੀ ਜ਼ਬਾਨ ਹੈ, ਉਹ ਇੱਕ ਨੀਂਹ ਹੈ ਥੱਲੇ ਰੱਖੀ, ਉਹਦੇ ਉੱਤੇ ਜੋ ਮਰਜ਼ੀ ਬਿਲਡ ਕਰ ਲਓ। ਜੇ ਉਹ ਕਮਜ਼ੋਰ ਹੈ ਤੇ ਉਹ ਜਿਹੜੀ ਤੁਹਾਡੇ ਉੱਪਰ ਦੀ ਜਿਹੜੀ ਬਿਲਡਿੰਗ ਹੈ ਸੁਪਰ ਸਟਰਕਚਰ ਵੀ ਕਮਜ਼ੋਰ ਹੈ ਜਾਂਦਾ। ਏ ਹਵਾ ਖੁਦਾ ਦੀ ਗੱਲ ਕਰਦੀ ਤੂੰ ਕੰਨ ਲਗਾ ਕੇ ਸੁਣ ਮਨਾ, ਏ ਵਹਿੰਦੇ ਪਾਣੀ ਨਦੀਆਂ ਦੇ ਉਸੇ ਦੀ ਛੇੜਨ ਤੁਨ ਮਨਾ, ਜੋ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਚੋਂ ਉਸ ਦਾ ਦੀਦਾਰ ਕਰ। ਹੁਣ ਮੈਂ ਬੇਨਤੀ ਕਰਦਾ ਹਾਂ ਡਾਕਟਰ ਮਾਨ ਸਿੰਘ ਜੀ ਤੂਰ, ਜੋ ਬੜੇ ਰਿਨਾਊਂਡ ਅਰਥ ਸ਼ਾਸਤਰੀ ਰਹੇ ਨੇ, ਲੰਬਾ ਸਮਾਂ PAU ਵਿੱਚ ਸੇਵਾ ਕੀਤੀ ਹੈ ਅਤੇ ਅੱਜ ਬਤੌਰ ਡੀਨ ਅੱਜ ਕੱਲ੍ਹ ਪੁੱਟਾ ਵਿਖੇ ਸੇਵਾ ਨਿਭਾ ਰਹੇ ਨੇ, ਕਿ ਇੱਕ ਤਾਂ ਉਹ ਫੋਟੋਗ੍ਰਾਫੀ ਦੇ ਮੁਤਲਕ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨਗੇ ਅਤੇ ਅੱਜ ਦੇ ਵਿਸ਼ੇ ਦੇ ਸੰਬੰਧ ਦੇ ਵਿੱਚ ਜੋ ਚੱਲ ਰਿਹਾ ਹੈ ਕਿਸਾਨਾਂ ਸੰਬੰਧੀ ਉਹਦੇ ਨਾਲ ਸੰਖੇਪ ਦੇ ਵਿੱਚ ਤੁਹਾਡੇ ਨਾਲ ਗੱਲ ਕਰਕੇ ਮੈਂ ਸੱਦਾ ਦਿੰਦਾ ਹਾਂ ਡਾਕਟਰ ਮਾਨ ਸਿੰਘ ਜੀ ਤੂਰ, ਕਿ ਉਹ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਡਾਕਟਰ ਮਾਨ ਸਿੰਘ ਜੀ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫੋਟੋਗ੍ਰਾਫੀ ਅੱਜ ਕੱਲ੍ਹ ਇੰਨੀ ਸੌਖੀ ਹੋ ਗਈ ਹੈ ਕਿ ਜੇ ਤੁਸੀਂ ਥੋੜ੍ਹਾ ਜਿਹਾ ਦਿਮਾਗ ਲਗਾਓ ਤਾਂ ਬਹੁਤ ਵਧੀਆ ਚਿੱਤਰ ਬਣਾਏ ਜਾ ਸਕਦੇ ਨੇ, ਅਤੇ ਸਾਡੇ ਕੋਲ ਬਹੁਤ ਵਧੀਆ ਕਲੈਕਸ਼ਨ ਹੈ, ਪਿਛਲੇ ਸਾਲਾਂ ਦੀ ਕਲੈਕਸ਼ਨ ਅਸੀਂ ਉੱਥੇ ਲਾਈ ਹੋਈ ਹੈ। ਹੁਣ ਇਹ ਸੋਚਿਆ ਵੀ ਹਰ ਸਾਲ ਦੀਆਂ ਫੋਟੋਆਂ ਦਾ ਕੱਢ ਕੇ ਉਹਦੇ 'ਚ ਐਡ ਕਰੀ ਜਾਵਾਂਗੇ, ਅਤੇ ਤਾਂ ਕਿ ਆਉਣ ਵਾਲੇ ਟਾਈਮ 'ਚ ਬੱਚਿਆਂ ਨੂੰ ਲੱਗੇ ਕਿ ਕਿਹੋ ਜਿਹਾ ਕੰਮ ਜਿਹੜਾ ਸੀ ਹੁੰਦਾ ਸੀ, ਅਤੇ ਰਿਜ਼ਲਟ ਉਹਦੇ ਤਿਆਰ ਨੇ। ਹੁਣ ਦੂਜਾ ਜਿਹੜਾ ਹੁਕਮ ਮੈਨੂੰ ਹੋਇਆ ਕਿ ਪੰਜਾਬ ਦੀ ਕਿਸਾਨੀ ਬਾਰੇ, ਕਿਉਂਕਿ ਮੈਂ ਆਪ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਮੈਂ ਵੀ ਹਲ ਵਾਹਿਆ, ਟਰੈਕਟਰ ਚਲਾਇਆ, ਥੋੜ੍ਹੀ ਬਹੁਤੀ ਖੇਤੀ ਕੀਤੀ ਹੈ, ਜ਼ਿਆਦਾ ਨਹੀਂ ਕੀਤੀ, ਪਰ ਉਹਦੇ 'ਤੇ ਅਸੀਂ PAU 'ਚ ਕਾਫੀ ਕੰਮ ਕੀਤਾ। ਮੈਂ ਜਿਹੜੇ ਹੁਣ ਸਾਡੇ ਮੁਖੀ ਨੇ ਸੁਖਪਾਲ ਸਿੰਘ, ਮੈਂ ਅਤੇ ਸੁਖਪਾਲ ਨੇ ਕਰਜ਼ਿਆਂ 'ਤੇ ਕਾਫੀ ਕੰਮ ਕੀਤਾ, ਫੂਡ ਸਿਕਿਉਰਿਟੀ 'ਤੇ ਮੈਂ ਕਾਫੀ PhDਆਂ 3-4 ਕਰਾਈਆਂ, ਕਰਜ਼ੇ 'ਤੇ ਕਰਾਈਆਂ, ਅਤੇ ਫਾਰਮਰ ਸੁਸਾਈਡ ਦੇ ਉੱਤੇ ਵੀ ਸਰਵੇ ਕੀਤੇ, ਵਰਕ ਕੀਤਾ, ਪਿੰਡਾਂ 'ਚ ਗਏ। ਅਤੇ ਡਾਕਟਰ ਸਾਹਿਬ ਦੀ ਗੱਲ 100% ਸੱਚ ਹੈ ਕਿ ਕਿਸਾਨ ਯੂਨੀਅਨ ਨਾਲ ਬਹੁਤ ਮੀਟਿੰਗਾਂ ਗੱਲਾਂ ਹੋਈਆਂ ਕਿ ਕਰਜ਼ਾ ਇੱਕ ਕਾਰਨ ਤਾਂ ਹੋ ਸਕਦਾ, ਸਾਰਾ ਸੁਸਾਈਡ ਕਰਜ਼ੇ ਕਰਕੇ ਨਹੀਂ ਹੈ। ਪਰ ਕਈ ਵਾਰ ਖਬਰਾਂ ਪੜ੍ਹ ਕੇ ਮਨ ਇੰਨਾ ਦੁਖੀ ਹੁੰਦਾ ਕਿ 2 ਏਕੜ ਫਾਰਮ ਕੋਲ ਜ਼ਮੀਨ ਹੈ, 30 ਲੱਖ ਦਾ ਕਰਜ਼ਾ,
ਹੁਣ ਦੱਸੋ 2 ਏਕੜ ਵਾਲਾ ਫਾਰਮਰ 30 ਲੱਖ ਦਾ ਕਰਜ਼ਈ ਖੇਤੀ ਕਰਜ਼ੇ ਨਾਲ ਕਿਵੇਂ ਹੋ ਗਿਆ? ਆ 2-3 ਮਹੀਨਿਆਂ ਦੀ ਗੱਲ, ਇੱਕ ਖਬਰ ਆਈ ਸੀ ਕਿਸੇ ਬੰਦੇ ਦੀ ਕਿ ਜੀ ਮੈਂ ਲੜਕੀ ਨੂੰ ਬਾਹਰ ਭੇਜਣ ਲਈ 50 ਲੱਖ ਦਾ ਲੋਨ ਲੈ ਲਿਆ, ਲੜਕੀ ਦਾ ਵਿਆਹ ਕਰਤਾ, ਹੁਣ ਲੜਕੀ ਛੱਡਤੀ, ਉਹ ਸੁਸਾਈਡ ਕਰ ਗਿਆ। ਦਿਸ ਇਜ਼ ਨੋਟ ਏ ਫਾਰਮਰ ਸੁਸਾਈਡ, ਵਿਜ ਨੋਟ ਏ ਡਿਊ ਟੂ ਡੈਟ। ਅਸੀਂ ਆਪਣੀਆਂ ਇਛਾਵਾਂ ਜਿਹੜੀਆਂ ਨੇ ਮੇਰੇ ਖਿਆਲ 'ਚੋਂ ਕੁਛ ਹੋਰ ਬਣਾ ਲਈਆਂ ਨੇ। ਜਿਹੜਾ ਸਾਡਾ ਰਹਿਣ ਸਹਿਣ ਹੈ ਅਸੀਂ ਉਹ ਬਦਲ ਲਿਆ। ਜੇ ਗਰੀਬੀ ਨਾਲ ਹੀ ਬੰਦਾ ਮਰਦਾ ਹੋਵੇ, ਤੁਸੀਂ ਰਾਤ ਨੂੰ 12 ਕੁ ਵਜੇ ਦੇਖਿਓ, ਫਿਰੋਜ਼ਪੁਰ ਰੋਡ ਮੰਦਿਰ ਦੇ ਕੋਲੇ, ਰੇਲਵੇ ਲਾਈਨਾਂ ਦੇ ਕੋਲੇ, ਸੜਕ ਦੇ ਵਿਚਾਲੇ ਜਿਹੜਾ ਡਿਵਾਈਡਰ ਆ ਉੱਥੇ ਲੋਕ ਸੁੱਤੇ ਪਏ ਆ, ਜਿਨ੍ਹਾਂ ਕੋਲ ਰਹਿਣ ਨੂੰ ਨਹੀਂ, ਉਹ ਤਾਂ ਮਤਲਬ 1 ਦਿਨ ਵੀ ਨਹੀਂ ਜਿਉਣੇ ਚਾਹੀਦੇ ਫਿਰ। ਸੋ ਸਾਨੂੰ ਇਹ ਚੀਜ਼ਾਂ ਵੱਲ ਬਹੁਤ ਧਿਆਨ ਨਾਲ ਸੋਚਣਾ ਪੈਣਾ, ਐਜੂਕੇਟ ਕਰਨਾ ਪੈਣਾ। ਅਤੇ ਸ਼ਾਇਦ ਤੁਸੀਂ ਪੜ੍ਹੀ ਹੋਵੇ, ਮੇਰੇ ਖਿਆਲ 'ਚ ਮਹੀਨਾ ਕੁ ਹੋ ਗਿਆ, ਇੱਕ ਖਬਰ ਆਈ ਸੀ ਕਿ ਆਪਣੇ ਸੁਨਾਮ ਵਾਲੇ ਊਧਮ ਸਿੰਘ ਦਾ 3ਜੀ ਜਾਂ 4ਥੀ ਪੀੜ੍ਹੀ 'ਚ ਕਿਸੇ ਬੱਚੇ ਨੇ ਸੁਸਾਈਡ ਕੀਤਾ ਕਿ ਮੈਨੂੰ ਨੌਕਰੀ ਨਹੀਂ ਮਿਲੀ। ਮੈਨੂੰ ਦੁੱਖ ਉਸ ਬੱਚੇ ਦੇ ਘੱਟ ਆ ਵੀ ਇਹ ਕਵੀ ਇਹ ਉਹ ਖੂਨ ਉਸ ਖੂਨ 'ਚੋਂ ਹੈ ਜਿਹਨੇ ਸਭ ਕੁਛ ਮਿਲਿਆ ਮਿਲਾਇਆ ਛੱਡ ਕੇ ਵੀ ਆਜ਼ਾਦੀ ਲਈ ਕੰਮ ਕੀਤਾ, ਅਤੇ ਅਸੀਂ ਅੱਜ ਇੱਕ ਨੌਕਰੀ ਨਾ ਮਿਲਣ ਕਰਕੇ ਮਰ ਰਹੇ ਹਾਂ, ਕੰਮ ਕਿਉਂ ਨਹੀਂ ਕਰ ਰਹੇ? ਸੋ ਸਾਨੂੰ ਹੱਥੀਂ ਕੰਮ ਕਰਨ ਵਾਲੇ ਪਾਸੇ ਆਉਣਾ ਪੈਣਾ। ਅਪਰਚੁਨਿਟੀਆਂ ਬਹੁਤ ਨੇ, ਬਹੁਤ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਆ, ਔਰ ਬਹੁਤ ਥੋੜ੍ਹਾ ਪੈਸਾ ਲਾ ਕੇ ਕੀਤੇ ਜਾ ਸਕਦੇ ਆ। ਹੁਣ ਸਾਡੇ ਬੱਚਿਆਂ 'ਚ ਇੱਕੋ ਹੀ ਰਹਿ ਗਿਆ ਕਿ ਅਸੀਂ ਬਾਹਰ ਜਾਣਾ, ਉੱਥੇ ਜਾ ਕੇ ਸਾਰਾ ਕੁਛ ਕਰਨਾ, ਇੱਥੇ ਕੁਛ ਨਹੀਂ ਕਰਨਾ। ਸੋ ਸਾਡੀ ਇਹ ਬਹੁਤ ਬਦਕਿਸਮਤੀ ਹੈ ਕਿ ਹਾਂ ਬੱਚੇ ਜਾਣ ਬਾਹਰ ਪੜ੍ਹ ਲਿਖ ਕੇ ਜਾਣ, ਲਾਇਕ ਹੋ ਕੇ ਜਾਣ, ਇਹ ਨਾ ਹੋਵੇ ਕਿ ਉੱਥੇ ਇਲੀਗਲ ਵੀ ਜਾ ਰਹੇ ਆ ਅਤੇ ਉੱਥੇ ਉਹ ਕੰਮ ਕਰ ਰਹੇ ਆ ਜਿਹੜਾ ਉਰੇ ਵੀ ਕਰਨ ਦਾ ਬਹੁਤ ਸ਼ਰਮ ਆਵੇ ਪਰ ਉੱਥੇ ਨਹੀਂ ਆਉਂਦੇ। ਸੋ ਅਸੀਂ ਜਿਹੜੀ ਕਮੇਟੀ ਬਣਾਈ ਹੈ ਉਹਦੇ 'ਚ ਅਸੀਂ ਸਾਰਾ ਕੁਛ ਲੱਭਾਂਗੇ, ਪਿੰਡਾਂ 'ਚ ਜਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਐਜੂਕੇਟ ਕਰ ਸਕੀਏ, ਇਸ ਪਾਸੇ ਵੱਲ ਤੋਰ ਸਕੀਏ, ਹੰਬੜਾ ਮਾਰਾਂਗੇ। ਬਾਕੀ ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲੇ ਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੋਂ ਮਿੱਠਾ ਬੋਲ ਤੂੰ। ਸਾਈਕਲ ਦੇਣ ਦੇ ਲਈ ਮੁੱਖ ਮਹਿਮਾਨ ਤੇ ਈਵਨ ਸਾਈਕਲ ਤੋਂ ਜੋ ਉਹਨਾਂ ਦੇ ਨੁਮਾਇੰਦੇ ਆਏ ਨੇ। ਮੁੱਖ ਤੋਂ ਮਿੱਠਾ ਬੋਲ ਤੂੰ, ਸਭਨਾ ਦਾ ਸਤਿਕਾਰ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੋ ਆਪਣਾ ਨਿੱਜੀ ਕੰਮ ਛੱਡ ਕੇ ਜਿਹੜੇ ਸਾਡੇ ਇੱਥੇ ਹਾਜ਼ਰ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਲੇ ਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਨਾਲ